ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅਮਰੀਕਾ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਪਰਿਵਾਰ ਕਰਦਾ ਸੀ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਦਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਵੱਲ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਅਮਰਿਤਿਕ ਦੀ ਮਾਤਾ ਕੁਲਵਿੰਦਰ ਗੌਰ ਦੇ ਵੱਡਾ ਪਾ ਬਲਵਿੰਦਰ ਸਿੰਘ ਡੂੰਗੇ ਸਦਮੇ ਚ ਨੇ ਉਹਨਾਂ ਨੂੰ ਕੁਝ ਵੀ ਨਹੀਂ ਸੋਝ ਰਿਹਾ ਜਤਿੰਦਰ ਸਿੰਘ ਇੱਥੇ ਪੰਜਾਬ 'ਚ ਰੈਸਲਿੰਗ ਕਰਦਾ ਸੀ ਜਿਸ ਦੇ ਆਧਾਰ 'ਤੇ ਉਸਨੂੰ ਪੰਜਾਬ ਪੁਲਿਸ 'ਚ ਨੌਕਰੀ ਮਿਲ ਗਈ ਪਰ ਉਸਦੇ ਮਨ 'ਚ ਵਿਦੇਸ਼ ਜਾਣ ਦੀ ਇੱਛਾ ਸੀ ਉਹ ਪੁਲਿਸ ਦੀ ਨੌਕਰੀ ਛੱਡ ਕੇ ਅਮਰੀਕਾ ਚਲਾ ਗਿਆ ਉਸ ਨੂੰ ਅਮਰੀਕਾ ਗਏ 7 ਸਾਲ ਹੋ ਚੁੱਕੇ ਸਨ 1.5 ਕੋ ਸਾਲ ਪਹਿਲਾਂ ਉਸ ਨੂੰ ਪੀਆਰ ਮਿਲੀ ਸੀ ਜਤਿੰਦਰ ਸਿੰਘ ਉਥੇ ਟਰੱਕ ਚਲਾਉਂਦਾ ਸੀ ਜਦੋਂ ਅਮਰੀਕਾ 'ਚ ਐਤਵਾਰ ਦੀ ਰਾਤ ਉਸਦੇ ਫੋਨ ਤੇ ਆਪਣੇ ਪੰਜਾਬ ਰਿੰਦੇ ਪ੍ਰਣਾਗ ਨਾਲ ਗੱਲਬਾਤ ਕੀਤੀ ਜਤਿੰਦਰ ਸਿੰਘ ਨੇ ਆਪਣੇ ਟਰੱਕ ਲੋਡ ਕਰਕੇ ਖੜਾ ਕੀਤਾ ਹੋਇਆ ਸੀ ਉਹ ਰਾਤ ਨੂੰ ਆਲਾਰਮ ਲਾ ਕੇ ਸੋ ਗਿਆ ਸਵੇਰੇ ਆਲਾਰਮ ਦਾ ਵਜਿਆ ਪਰ ਜਤਿੰਦਰ ਨਹੀਂ ਉਟਿਆ ਉਸ ਨੂੰ ਸੁੱਤੇ ਪਈ ਦਿਲ ਦਾ ਦੌਰਾ ਪੈ ਗਿਆ ਜਤਿੰਦਰ ਸਿੰਘ ਦੇ ਨਾਂ ਜਾਗਨ ਤੇ ਉਸ ਦਾ ਸਾਥ ਹੀ ਉਸ ਨੂੰ ਜੁਗੋਣ ਗਿਆ ਉਸ ਦੇ ਸਾਥ ਇਹਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਤੇ ਮੈਡੀਕਲ ਟੀਮ ਪਹੁੰਚੇ ਜਿਸ ਨੇ ਜਾਂਚ ਕਰਨ ਉਪਰੰਤ ਜਤਿੰਦਰ ਸਿੰਘ ਨੂੰ ਮ੍ਰਿਤਕ ਦਾ ਐਲਾਨ ਕਰ ਦਿੱਤਾ ਬਾਕੀ ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ